ਸਰਹੰਦ ਨਹਿਰ ਚ ਖੜੇ ਆ ਬੰਦ ਆ ਆਹ ਦੇਖ ਲੋ ਨਿਗਾਹ ਪਾੜਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾ ਗਾਂਧੀ ਨਹਿਰ ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਤੇ ਪੰਜਾਬ ਦੀ ਬਰਬਾਦੀ ਦੀਆਂ ਕਹਾਣੀਆਂ ਅੱਜ 18 ਦਿਨ ਹੋ ਗਏ ਬਈ ਸਰਹੰਦ ਨਹਿਰ ਚ ਖੜੇ ਆ ਬੰਦ ਆ ਸੂਏ ਸੁੱਕੇ ਪਿਆ ਨਹਿਰਾਂ ਬੰਦ ਆ ਥੱਲਿਓਂ ਪਾਣੀ ਖਿੱਚੀ ਜਾਂਦੇ ਲੋਕ ਝੋਨਾ ਲਾਈ ਜਾਂਦੇ ਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦੇ ਨਹਿਰੀ ਪਾਣੀ ਪਹੁੰਚਾਤਾ ਸਾਡੀਆਂ ਨਹਿਰਾਂ ਸਾਲ 'ਚ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ ਬਾਕੀ ਸਾਨੂੰ ਲੋੜ ਹੀ ਨਹੀਂ ਸਾਡੇ ਮੋਟਰਾਂ ਦੇ ਬਿੱਲ ਮਾਫ਼ ਆ ਆਪਾਂ ਨੂੰ ਵੀ ਲੋੜ ਆ ਨਹਿਰੀ ਪਾਣੀ ਦੀ ਮੰਗ ਕਰਨ ਦੀ ਖਿਆਲ ਹੀ ਛੱਡਤਾ ਸੀ ਨਹਿਰੀ ਪਾਣੀ ਦਾ ਸਾਡਾ ਪਾਣੀ ਇਹ ਖੋਹ ਕੇ ਉਹ ਜਾਂਦੀਆਂ ਭਰੀਆਂ ਦਿਖਾ ਦਿੰਦੇ ਸਾਨੂੰ ਉਹ ਵੀ ਨੱਕੋ ਨੱਕ ਭਰੀਆਂ ਜਾਂਦੀਆਂ ਜਿੰਨਾਂ 'ਚ ਸਾਲ 'ਚ ਕਦੇ ਬੰਦੀ ਨਹੀਂ ਆਉਂਦੀ ਸਾਰਾ ਸਾਰਾ ਸਾਲ ਉੱਤੋਂ ਦੀ ਹੋ ਕੇ ਵਗਦੀਆਂ ਨੇ ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ ਜਿਹੜੀ ਹਾਂਕਾਰ ਅੱਜ ਮੱਚੀ ਪਈ ਹੈ ਵੀ ਰੋਪੜ ਜ਼ਿਲ੍ਹੇ ਦੇ ਪਿੰਡਾਂ 'ਚ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਦੇ ਪਿੰਡਾਂ 'ਚ ਪਾਣੀ ਮੁੱਕ ਚੱਲਿਆ ਧਰਤੀ ਹੇਠੋਂ ਹਰ ਸਾਲ ਪਾਣੀ ਡੂੰਘਾ ਹੋ ਜਾਂਦਾ ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਿਆ ਪਾਣੀ ਦਾ ਖਿਆਲ ਛੱਡਤਾ ਬਈ ਕਿਉਂ ਕਿਉਂਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ ਜਿੰਨਾ ਮਰਜ਼ੀ ਪਾਣੀ ਖਿੱਚ ਲਿਓ ਥੱਲਿਓ ਆਹ ਹਾਲਾਤ ਆ ਦੇਖ ਲਓ ਪੰਜਾਬ ਦੇ ਪਾਣੀ ਦੇ ਆਹ ਸੂਏ ਆ ਦੇਖ ਲਓ ਬੰਦ ਪਏ ਆ ਸਾਰੇ ਸਾਰੇ ਪੰਜਾਬ ਦੀ ਬੰਦ ਪਏ ਆ ਜਦੋਂ ਲੋੜ ਨਹੀਂ ਹੋਣੀ ਮੀਹਾਂ ਵੇਲੇ ਉਦੋਂ ਐਂ ਉੱਤੋਂ ਦੀ ਉਛਲਣਗੇ ਇਹ ਉਦੋਂ ਲੋੜ ਨਹੀਂ ਉਦੋਂ ਵਾਧੂ ਪਾਣੀ ਇਹਨਾਂ 'ਚ ਵਗਣਾ ਹੁਣ ਜਦੋਂ ਲੋੜ ਆ ਹੁਣੇ ਬੰਦ ਪਏ ਆ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਸਾਰੇ ਬੰਦ ਪਏ ਆ ਜਦੋਂ ਪਾਣੀ ਦੀ ਲੋੜ ਆ ਪੰਜਾਬ ਨੂੰ ਉਦੋਂ ਨਹੀਂ ਪਾਣੀ ਦਿੱਤਾ ਜਾ ਰਿਹਾ ਜਦੋਂ ਮੀਂਹ ਪੈਣ ਲੱਗ ਗਏ ਉਦੋਂ ਪੂਰੀਆਂ ਭਰੀਆਂ ਵਗਣਗੀਆਂ ਆਹ ਦੇਖ ਲਓ ਰਾਸਤਾ ਨੂੰ ਜਾਂਦੀ ਹੈ ਨਹਿਰ ਆਹ ਇੰਦਰਾ ਗਾਂਧੀ ਨਹਿਰ ਆਹ ਦੇਖ ਲਓ ਨਿਗਾਹ ਪਾੜਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ ਪੂਰਾ ਇੱਕ ਦਰਿਆ ਕੱਲੀ ਇੰਦਰਾ ਗਾਂਧੀ ਨਹਿਰ 'ਚ ਪਾ ਕੇ ਰਾਸਤਾ ਨੂੰ ਦਿੱਤਾ ਜਾ ਰਿਹਾ ਅਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ ਇਹ ਸਾਰਾ ਸਾਲ ਐਂ ਵਗੀ ਜਾਂਦੀ ਆ ਇੱਕ ਨਹੀਂ ਤਿੰਨ ਦਿਨਾਂ ਜਾਂਦੀਆਂ ਰਾਸਤਾ ਨੂੰ ਭਰ ਕੇ ਹੀ ਕਦੇ ਬੰਦੀ ਨਹੀਂ ਆਉਂਦੀ ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ ਪੰਜਾਬ ਦੇ ਨਵੇਂ ਬਣੇ MPਾਂ ਤੋਂ ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ MP ਠਾਉਣਗੇ ਜਿਹੜੇ ਜਿੱਤ ਕੇ ਪੰਜਾਬ 'ਚ ਗਏ ਆ ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਹੈ ਪੰਜਾਬ ਦੇ ਹੇਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਹਾਂ ਆਹ ਪਾਣੀ ਜਿਹੜਾ ਸਾਡਾ ਸਾਨੂੰ ਇਹ ਵਰਤਨ ਦੀ ਆਗਿਆ ਵੀ ਹੈ ਨਹੀਂ ਇਹ 'ਚ ਬਾਲਟੀ ਭਰ ਕੇ ਦਿਖਾਇਓ ਕੋਈ ਬਾਲਟੀ ਭਰ ਲਏ ਨਾ ਇਹ ਤੋਂ ਜੇ ਬਾਲਟੀ ਵੀ ਇੱਕ ਚੂਲੀ ਵੀ ਭਰ ਲਏ ਪਰਚਾ ਦਰਜ ਹੋ ਜਾਂਦਾ ਅੱਜ ਰਾਜਸਥਾਨ ਨੂੰ ਜਾਂਦੇ ਨਹਿਰ ਪਰਚਾ ਦਰਜ ਇੱਕ ਬਾਲਟੀ ਪਾਣੀ ਦੀ ਵਿੱਚੋਂ ਭਰਦੀ ਇਹਦੇ ਇਹ ਪਾਣੀ ਪੰਜਾਬ ਦਾ ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਦੇ ਉੱਤੋਂ ਨਹੀਂ ਆ ਪੰਜਾਬ ਦਾ ਖੂਨ ਜਾ ਰਿਹਾ ਆਹ ਪੰਜਾਬ ਦੀਆਂ ਨਸਲਾਂ ਦਾ ਆਉਣ ਵਾਲਿਆਂ ਦਾ ਖੂਨ ਜਾ ਰਿਹਾ ਬਾਈ ਹੁਣ ਕੀ ਇਹ ਸਾਡੇ MP ਜਿਹੜੇ ਜਿਤਾ ਕੇ ਪੰਜਾਬ ਦੇ ਲੋਕੋਂ ਭੇਜਿਆ ਤੁਸੀਂ ਕੀ ਇਹ ਆਵਾਜ਼ ਉਠਾਉਣਗੇ ਵੀ ਇਹ ਪਾਣੀ ਤੇ ਪੰਜਾਬ ਦਾ ਹੱਕ ਆ ਅਸੀਂ ਥੱਲੋਂ ਮੁਕਾ ਲਓ ਪਾਣੀ ਠੀਕ ਆ ਲੋੜ ਹੀ ਨਹੀਂ ਜਥੇਬੰਦੀਆਂ ਨੂੰ ਤੁਹਾਨੂੰ ਵੀ ਅਪੀਲ ਕਰਦਾ ਆਹ ਮੁੱਦੇ ਰੱਖੋ ਛੱਡਦੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ ਆਹ ਮੁੱਦਾ ਰੱਖੋ ਸੈਂਟਰ ਨਾਲ ਲੜੋ ਅੜੋ ਜਿੱਥੇ ਆਪਾਂ MSP ਦੇ ਪਿੱਛੇ ਲੜਦੇ ਹਾਂ ਉੱਥੇ ਆਹ ਮੁੱਦਾ ਸਭ ਤੋਂ ਗੰਭੀਰ ਹੈ ਜੇ ਪਾਣੀ ਨਾ ਬਚਿਆ ਪਾਣੀ ਨਾ ਹੋਇਆ ਧਰਤੀ ਬੰਜਰ ਹੋਊਗੀ ਕਿਹੜੀਆਂ ਫਸਲਾਂ ਹੋਣੀਆਂ ਕਿਹੜੀਆਂ MSPਾਂ ਅਸੀਂ ਲੈਣੀਆਂ ਨੇ ਕਿਹੜੀਆਂ ਸਾਡੀਆਂ ਨਸਲਾਂ ਖਿਜਾਉਂਦੀਆਂ ਰਹਿਣੀਆਂ ਨੇ ਉਹ ਕੋਈ ਰਹਿਣੇ ਨਹੀਂ ਧਰਤੀ ਤਬਾਹ ਹੋ ਗਈ ਬੰਜਰ ਹੋ ਗਈ ਕੋਈ ਜਾਉਂਦਾ ਨਹੀਂ ਲੈਣਾ ਫਿਰ ਨਾ ਫਸਲ ਤੇ ਨਾ ਨਸਲ ਕੀ ਬਚੂਗਾ ਇੱਥੇ ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ ਪੰਜਾਬ ਦੇ ਲੋਕ ਬੜੇ ਚਿਰ ਦੇ ਕਲਪਦੇ ਫਿਰਦੇ ਆ ਓਏ ਅੱਜ ਦੀ ਖਬਰ ਹੈ
ਕਈ ਫੁੱਟ ਪਾਣੀ, 15 ਫੁੱਟ ਪਾਣੀ ਥੱਲੇ ਵਗ ਗਿਆ ਸਾਲ, 15 ਫੁੱਟ ਪਾਣੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ। ਧਰਤੀ ਜਦੋਂ ਪਾਣੀ ਮੁੱਕ ਰਿਹਾ ਬਾਈ, ਤੁਹਾਨੂੰ ਆਹ ਦੇਤਾ ਫ੍ਰੀ ਦਾ ਲਾਲਚ, ਮੁਫ਼ਤ ਦੀ ਬਿਜਲੀ ਕਰਤੀ, ਚੱਕੋ ਥੱਲੋਂ ਮੁਕਾ ਦਿਓ, ਆਹ 5 ਲੱਖ ਖਾਲੀ ਛੱਡ ਦਿਓ, ਆਹ ਜਾਂਦਾ ਤੁਹਾਡਾ ਨਿਰਾ, ਆਹ ਅੰਮ੍ਰਿਤ ਤੁਹਾਡਾ ਸਰਬਤ, ਆਹ ਜਾਂਦੀ ਆ ਤੁਹਾਡੀ ਨਿਰੀ, ਤੁਹਾਡੀ ਜ਼ਿੰਦਗੀ ਜਾਂਦੀ ਆ। ਦੇਖੋ ਆਹ ਪਾਣੀ ਜਿੰਦੂ ਰੀਸ ਕਰੂਗਾ ਥੱਲੇ ਦਾ ਪਾਣੀ, ਇਹਦਾ ਨਿਰਾ ਕਿਆ ਹੋਗਾ ਜ਼ਮੀਨ ਨੂੰ। ਇਹ ਪਾਣੀ ਦੀ ਗੱਲ ਕਰਦੇ ਹਾਂ ਅਸੀਂ ਲੰਬੇ ਸਮੇਂ ਤੋਂ, ਫਿਰ ਮੈਨੂੰ ਦੁੱਖ ਲੱਗਦਾ ਵੀ ਜੇਕਰ ਤੁਸੀਂ ਜਿਤਾਇਆ ਹੁੰਦਾ ਲੋਕੋ, ਆਹ ਗੱਲਾਂ ਮੈਂ ਕਰਨੀਆਂ ਹੀ ਜਾ ਕੇ। ਹੁਣ ਮੈਂ ਦੇਖਦਾ ਤੁਹਾਡੇ ਜਿਤਾਏ ਹੋਏ 13 ਤੇ 14 ਚੰਡੀਗੜ੍ਹ ਵਾਲਾ ਕਿਹੜਾ ਬੰਦਾ ਜਾ ਕੇ, ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਗਿਆ ਮੈਨੂੰ ਉਮੀਦ ਆ, ਉਹ ਇਹ ਗੱਲ ਕਰੂਗਾ ਪੰਜਾਬ ਦੀ, ਭਾਈ ਸਰਬਜੀਤ ਸਿੰਘ ਤੁਸੀਂ ਜਿਤਾਇਆ ਉਹ ਗੱਲ ਕਰ ਸਕਦਾ, ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਿਤਾਏ ਆ 11-12 ਉਹ ਤੁਹਾਡੀ ਗੱਲ ਕਰਨਗੇ। ਆਪਣੇ ਹਿਸਾਬ ਲਾ ਲਓ, ਉਹ ਸਾਡੀਆਂ ਨਹਿਰਾਂ ਬੰਦ ਪਈਆਂ, ਸੂਏ ਸੁੱਕੇ ਪਏ ਆ, ਥੱਲੋਂ ਲੋਕ ਪਾਣੀ ਖਿੱਚੀ ਜਾਂਦੇ, ਝੋਨਾ ਲਾਉਣ ਲੱਗ ਗਏ ਲੋਕ, 4-5 ਦਿਨ ਪਹਿਲਾਂ ਸ਼ੁਰੂ ਕਰਤਾ ਲੋਕਾਂ ਨੇ, ਮੀਂਹ ਪੈਂਦਾ ਨਹੀਂ, ਬੁਰਾ ਹਾਲ ਆ, ਹਾਂਕਾਰ ਮੱਚੀ ਪਈ ਆ, ਗਰਮੀ ਇੰਨੀ ਵਧੀ ਪਈ ਆ, ਆਹ ਸਾਡਾ ਪਾਣੀ ਆ ਜਾਂਦਾ। ਕੋਈ ਬੰਦਾ ਦੱਸ ਦਿਓ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ, ਕਿਹੜਾ ਬੰਦਾ ਫਿਕਰਮੰਦ ਆ ਵੀ ਜਿਹੜਾ ਇੰਨਾ ਪਾਣੀ, ਇਹਦਾ ਕੋਈ ਮੁੱਲ ਨਹੀਂ, ਕੋਈ ਪੈਸਾ ਨਹੀਂ, 47 ਤੋਂ ਲੈ ਕੇ ਪਾਣੀ ਆਈ ਜਾਈ ਜਾਂਦਾ। ਕਿਹੜਾ ਦੁਨੀਆਦਾਰ ਹੈ ਆਪਣੇ ਕਾਨੂੰਨ ਕਹਿੰਦਾ, ਕਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਐਵੇਂ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ, ਪਰ ਨਹੀਂ ਆਪਾਂ ਨੂੰ ਲੋੜ ਨਹੀਂ, ਆਪਾਂ ਅੱਖਾਂ ਮੀਚ ਕੇ ਸੁੱਤੇ ਪਏ, ਕੋਈ ਗੱਲ ਨਹੀਂ।